ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨਾਲ ਚੀਨੀ ਸੈਂਟਰਲ ਮਿਲਟਰੀ ਕਮਿਸ਼ਨ ਦੇ ਨਾਇਬ ਚੇਅਰਮੈਨ ਜਨਰਲ ਯਿੰਗ ਪੋਇਆ ਨਾਲ ਮੁਲਾਕਾਤ। ਪਾਕਿਸਤਾਨ ਤਾਲੁਕਾਤ, ਇਲਾਕਾਈ ਸਿਕਿਉਰਿਟੀ, ਦਿਫਾਈ ਤਾਮਨ ਤੇ ਬਾਹਮੀ ਦਿਲਚਸਪੀ ਦੇ ਅਮੂਰ ਤੇ ਤਬਾਦਲਾ ਖਿਆਲ। ਕਰਾਚੀ ਚ ਹੋਸੀ ਗਰਮੀ ਦਾ ਰਾਜ, ਸਵੇਲੇ ਨਾਲ ਹੀ ਸਹਿਜ ਅੱਖੀ ਦਿਖਾਵਣ ਸ਼ੁਰੂ ਕਰ ਦਿੱਤੇ। ਮਹਿਕਮੇ ਮੌਸਮੀਆਤ ਹੀਟ ਵੇਵ ਦੀ ਵਾਰਨਿੰਗ ਜਾਰੀ ਕਰ ਦਿੱਤੀ। ਅੱਜ ਦਰਜੇ ਹਰਾਰਤ 43 ਡਿਗਰੀ ਸੈਂਟੀਗ੍ਰੇਡ ਤੇ ਵਜਣ ਦੀ ਪੇਸ਼ਗੋਈ। ਸ਼ਹਿਰੀਆਂ ਕੋ ਬਿਲਾ ਜ਼ਰੂਰਤ ਘਰ ਤੋਂ ਬਾਹਰ ਨਾ ਨਿਕਲਣ ਦਾ ਮਸ਼ਵਰਾ। ਇਵਨਫੀਲਡ ਰੈਫਰੈਂਸ ਵਕੀਲ ਖਾਜਾ ਹਾਰਿਸ ਸਵਾਲਨਾਮੇ ਤੇ ਇਤਰਾਜ਼ ਕਰ ਦਿੱਤਾ। ਨਵਾਜ਼ ਸ਼ਰੀਫ, ਮਰੀਮ ਨਵਾਜ਼ ਤੇ ਕੈਪਟਨ ਸਫਦਰ ਦੇ ਬਿਆਨਾਤ ਰਿਕਾਰਡ ਨਾ ਥੀ ਸਕੇ। ਅਦਾਲਤ ਜਵਾਬ ਜਮ੍ਹਾਂ ਕਰਵਾਉਣ ਕਿਤੇ ਪੀਰ ਤਈ ਮੋਹਲਤ ਦੇ ਦਿੱਤੀ। ਵਜ਼ੀਰ ਆਜ਼ਮ ਦੀ ਪ੍ਰੈਸ ਕਾਨਫਰੰਸ ਬਰਾਹ ਰਾਸਤ ਨਸ਼ਰ ਕਿਉਂ ਨਾ ਕੀਤੀ ਗਈ? ਮਰੀਮ ਔਰੰਗਜ਼ੇਬ ਦੀਆਂ ਵਜ਼ਾਹਤਾਂ। ਆਹਦੇ ਵਜ਼ੀਰ ਆਜ਼ਮ ਪੀ ਐਮ ਹਾਊਸ ਵਿੱਚ ਸਹਾਫ਼ੀਆਂ ਨਾਲ ਗੈਰ ਰਸਮੀ ਗਾਲ ਮੁਹਾੜ ਕੀਤੀ ਹੈ। ਉਹ ਪ੍ਰੈਸ ਕਾਨਫਰੰਸ ਕਹਿਣਾ ਹੀ ਪ੍ਰੈਸ ਟਾਕ ਹੈ।